पंजाब दियां किसान जथेबंदियां लगातार संघर्ष कर रही ने। पूरे देश दे किसानां दे कई ऐसे मुद्दे ने जिन्हां नूं लैके आगाह किया जा रहा, जगाउण दी कोशिश की जा रही है। इस तों पहलां जिहड़ियां मंगां ने ओह हले विचकार लटक रही ने, पर इक कहिंदे होर तलवार किसानां दे सिर ते लटक रही है, खास करके पंजाब दे किसानां दे। किहड़ी तलवार है? साडे नाल जगजीत सिंह डल्लेवाल किसान आगू मौजूद ने। डल्लेवाल साहब, कहिंदे पंजाब दे किसानां ते इक होर तलवार है जिहड़ी ओह लटक रही है, ऐसा किहड़ा डर वाली जिहड़ा तुहानूं लगदा है कि पंजाब दे किसानां लई खतरा हो सकदा? देखो, सरकार ने जिद्दे पिछे G20 होके हटिया, उहदे विच पहली तां गल है कि ड्राई फ्रूट दे जिहड़े फार्मर सी साडे, उहनां दा 18% इंपोर्ट ड्यूटी लैस करती है, ओह डाउन करती है, रिड्यूस हो गई। आ जिहड़ी साडी कणक है, कणक तों इहनां ने उसे दे विच फैसला लिया G20 च कि कणक तों असीं जिहड़ी इंपोर्ट ड्यूटी है ਉਹ ਬਿਲਕੁਲ ਖਤਮ ਕਰਨ ਜਾ ਰਹੇ ਆ। ਹੁਣ ਜੇ ਇੰਪੋਰਟ ਡਿਊਟੀ ਖਤਮ ਹੁੰਦੀ ਹੈ, 40% ਇੰਪੋਰਟ ਡਿਊਟੀ ਹੈ ਕਣਕ ਦੇ ਉੱਤੇ, ਤੇ ਜੇ 40% ਇੰਪੋਰਟ ਡਿਊਟੀ ਹੈ ਤਾਂ ਸਿੱਧਾ ਸਿੱਧਾ ਅਗਰ ਮੋਟਾ ਜਿਹਾ ਹਿਸਾਬ ਲਾ ਲਿਆ ਜਾਏ ਤਾਂ 800-900 ਰੁਪਇਆ ਪਰ ਕੁਇੰਟਲ ਕਣਕ ਦਾ ਰੇਟ ਡਿੱਗੇਗਾ। ਬਾਹਰਲੀ ਕਣਕ ਆ ਕੇ ਜਦੋਂ ਵਿਕੀ ਸਸਤੀ, ਸਾਡੀ ਕਣਕ ਆਉਣ ਲੱਗੇਗਾ। ਸੋ ਇਸ ਕਰਕੇ ਇਹ ਬੜਾ ਇੰਪੋਰਟੈਂਟ ਇਸ਼ੂ ਹੈ, ਇਸੇ ਨੂੰ ਧਿਆਨ 'ਚ ਰੱਖਦਿਆਂ ਜਥੇਬੰਦੀਆਂ ਨੂੰ ਪ੍ਰੋਗਰਾਮ ਦੇਣਾ ਪਿਆ ਹੈ। ਅੱਛਾ, ਇੱਕ ਜਿਹੜਾ ਇੰਪੋਰਟ ਡਿਊਟੀ ਵਾਲਾ, ਹਾਲਾਂਕਿ ਪੜ੍ਹੇ ਲਿਖੇ ਕਿਸਾਨਾਂ ਸਭ ਸਮਝ ਗਏ, ਪਰ ਦੇਸੀ ਭਾਸ਼ਾ ਦੇ ਵਿੱਚ ਵੀ ਇੱਕ ਵਾਰੀ ਸਮਝਾ ਦਿਓ ਕਿ ਇੰਪੋਰਟ ਡਿਊਟੀ ਘਟਣ ਨਾਲ ਪੰਜਾਬ ਵਾਲੇ ਕਿਸਾਨਾਂ ਨੂੰ ਕੀ ਖਤਰਾ ਪੈਦਾ ਹੋਊ? ਹਾਲਾਂਕਿ ਸਭ ਸਮਝ ਗਏ ਹੋਣੇ, ਪਰ ਮੈਂ ਕਹਿੰਦਾ ਕਲੀਅਰ ਕਰ ਦਿਓ। ਦੇਖੋ, ਜਿਹੜੀ ਇੰਪੋਰਟ ਡਿਊਟੀ ਹੁੰਦੀ ਹੈ ਨਾ ਜੀ, ਇੰਪੋਰਟ ਡਿਊਟੀ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਬਾਹਰ ਤੋਂ ਕੋਈ ਚੀਜ਼ ਆਉਣੀ ਆ ਉਹਦੇ ਤੇ ਭਾਰਤ ਸਰਕਾਰ ਇੱਕ ਟੈਕਸ ਲਾਉਂਦੀ ਹੁੰਦੀ ਹੈ, ਉਹਨੂੰ ਇੰਪੋਰਟ ਡਿਊਟੀ ਕਿਹਾ ਜਾਂਦਾ ਹੈ। ਹੁਣ ਭਾਰਤ ਸਰਕਾਰ ਇਹਦੂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਪ੍ਰੈਸ਼ਰ ਦੇ ਥੱਲੇ ਇੰਨਾ ਕੁ ਕਰਦੀ ਰਹੀ ਹੈ ਕਿ ਬਾਹਰ ਤੋਂ ਜਿਹੜੀ ਹੁਣ ਅਮਰੀਕਾ ਦੇ ਵਿੱਚੋਂ ਕਣਕ ਆਉਣੀ ਹੈ ਜਿੱਥੇ ਕਿਸਾਨਾਂ ਨੂੰ 300% ਸਬਸਿਡੀ ਆ, ਸਸਤੀ ਆਉਣੀ ਹੈ ਉਹਨਾਂ ਦੀ ਕਣਕ ਇੱਥੇ, ਤੇ ਉਹਨੂੰ ਬਰਾਬਰ ਭਾਰਤ ਦੇ ਕਿਸਾਨ ਦੀ ਕਣਕ ਕਿਵੇਂ ਵਿਕਦੀ ਰਹੇ? ਉਹਦੇ ਲਈ ਇੰਪੋਰਟ ਡਿਊਟੀ ਲਾ ਕੇ ਸਾਡੀ ਕਣਕ ਨਾਲੋਂ 4 ਪੈਸੇ ਮਹਿੰਗੀ ਕਰ ਦਿੰਦੇ ਸੀ, ਇਹ ਸੀ ਇੰਪੋਰਟ ਡਿਊਟੀ। ਹੁਣ ਜਦੋਂ ਉਹ ਇੰਪੋਰਟ ਡਿਊਟੀ ਲੈ ਗਈ ਤਾਂ ਉਹ ਕਣਕ ਸਾਰੀ ਦੀ ਸਾਰੀ ਜਿਹੜੀ ਇੱਥੇ, ਮੰਨ ਲਓ 800 ਰੁਪਏ ਸਾਡੇ ਨਾਲੋਂ ਘੱਟ ਰੇਟ ਵਾਲੀ ਕਣਕ ਆ ਕੇ ਵਿਕੀ ਤਾਂ ਸਾਡੀ ਕਣਕ ਨੇ ਵੀ ਮਤਲਬ 800 ਰੁਪਏ ਘੱਟ ਰੇਟ ਤੇ ਹੀ ਵਿਕਣਾ ਹੈ। ਤੁਹਾਡੇ ਕਹਿਣ ਦਾ ਭਾਵ ਹੈ ਕਿ ਇੱਕ ਪਲੇਟਫਾਰਮ ਜਿਹੜਾ ਹੈਗਾ ਤਿਆਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਪਹਿਲਾਂ ਝੋਨੇ ਦਾ ਕਰੋਲਾ ਚੱਲਿਆ, MSP ਚਲੋ ਕਣਕ ਝੋਨੇ ਤੇ ਮਿਲੀ ਜਾਂਦੀ ਹੈ, ਤਾਂ ਤੁਹਾਡਾ ਖਦਸ਼ਾ ਇਹ ਹੈ ਕਿ ਜੇ ਇੱਥੇ ਮੰਨ ਲਓ 3 ਨੂੰ ਮਿਲੀ ਤੇ ਜੇ ਬਾਹਰੋਂ 2 ਨੂੰ ਮਿਲ ਗਈ ਤੇ ਫਿਰ ਸਾਡੀ 1000 ਵੱਧ ਕਿਹਨੇ ਚੱਕਣੀ ਹੈ ਤੇ ਸਾਡੀ MSP ਤੇ ਵੀ ਖਤਰਾ ਪੈਦਾ ਹੋ ਜਾਊਗਾ? ਹਾਲਾਂਕਿ ਕਿਸਾਨ ਤਾਂ ਦੂਜੀਆਂ ਫਸਲਾਂ ਤੇ ਮੰਗਦੇ ਆ ਤੇ ਇੱਥੇ ਹੁਣ ਕਣਕ ਦੇ ਵੀ ਲਾਲੇ ਪੈਣ ਵਾਲੇ ਆ। ਦੇਖੋ, ਇਹ ਸਪਸ਼ਟ ਗੱਲ ਹੈ ਕਿ ਜਿਹੜਾ ਇੰਪੋਰਟ ਡਿਊਟੀ ਦੀ ਜੇ ਆਪਾਂ ਗੱਲ ਕਰੀਏ ਨਾ, ਜਿੰਨਾ ਅਨਾਜ ਅੱਜ ਤੱਕਰ ਭਾਰਤ ਤੋਂ ਬਾਹਰ ਤੋਂ ਆਉਣਾ ਹੈ ਉਹ 25% ਅਨਾਜ ਬਾਹਰ ਦਾ ਨੇ ਆ ਕੇ ਇੱਥੇ ਕੰਜ਼ਿਊਮ ਹੋਣਾ ਹੈ, ਤੇ ਜਿਹੜੇ ਹੁਣ ਸਮਝੌਤੇ ਹੋ ਰਹੇ ਨੇ ਉਹ ਤਾਂ ਖੁੱਲੇ ਕਰ ਰਹੇ ਨੇ, ਮੰਡੀ ਖੁੱਲੀ ਕਰ ਰਹੇ ਨੇ। ਅਗਰ ਮੰਡੀ ਖੁੱਲੀ ਕਰਨਗੇ ਤਾਂ ਐਗਰੀਕਲਚਰ ਕਰਨ ਵਾਲੇ ਲੋਕ ਔਰ ਇੱਥੋਂ ਦੀ ਜਨਤਾ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਇਸੇ ਲਈ ਇਹ ਪ੍ਰੋਗਰਾਮ ਲਿਖਿਆ ਗਿਆ ਕਿ ਅਸੀਂ ਫਰਵਰੀ ਦੇ ਵਿੱਚ ਇੱਕ ਵੱਡਾ ਇਕੱਠ ਦਿੱਲੀ ਦੇ ਵਿੱਚ ਕਰਾਂਗੇ ਤਾਂ ਕਿ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕੀਏ ਕਿ ਇਹ ਇੰਪੋਰਟ ਡਿਊਟੀ ਜਿਹੜੀ ਹੈ ਕਿਸਾਨਾਂ ਤੋਂ ਨਾ ਹਟਾਈ ਜਾਏ। ਕਿਉਂਕਿ ਜਿਹੜੀ ਦੇਖੋ ਭਾਰਤ ਦੀ ਐਗਰੀਕਲਚਰ ਹੈ ਜਿਹੜੀ, ਇਹ ਜੇਕਰ ਭਾਰਤ ਦੀ ਇਕਾਨਮੀ ਨੂੰ ਦੇਖਣਾ ਹੋਵੇ ਤਾਂ ਖੜੀ ਐਗਰੀਕਲਚਰ ਤੇ ਹੈ। ਜਦੋਂ ਪਿੱਛੇ ਕੋਰੋਨਾ ਕਾਲ ਆਇਆ ਬਿਲਕੁਲ GDP ਗਈ ਸੀ ਥੱਲੇ, ਕਿਸਾਨ ਬਚੇ, ਬਚਾਇਆ ਤਾਂ ਇਕੱਲੀ ਖੇਤੀ ਨੇ ਬਚਾਇਆ ਸੀ। ਤੋ ਦੇਸ਼ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ GDP ਨੂੰ ਜਿਉਂਦਿਆਂ ਰੱਖਦਾ ਹੈ ਤੋ ਫਾਰਮਰ ਰੱਖਦਾ ਹੈ। ਬਿਲਕੁਲ, ਤੁਸੀਂ ਤਾਂ ਕਿਉਂਕਿ ਇਹਦੇ ਤੇ ਬੜਾ ਕੰਮ ਕਰ ਰਹੇ ਹੋ ਤਾਂ ਕਰਕੇ ਪਹਿਲੇ ਹੀ ਕੰਨ ਖੜੇ ਕੀਤੇ ਆ, ਤਾਂ ਜੇ ਤੁਸੀਂ ਕੰਨ ਖੜੇ ਕੀਤੇ ਕੀ ਲੱਗਦਾ ਤੁਹਾਨੂੰ ਕਿ ਖਤਰਾ ਕਦੋਂ ਤੱਕ ਸਾਡੇ ਸਿਰ ਤੇ ਮੰਡਰਾ ਸਕਦਾ ਹੈ? ਕਿਉਂਕਿ ਕਈ ਵਾਰੀ ਕਹਿੰਦੇ ਕਿ ਅਸੀਂ ਫੈਸਲੇ ਹੋ ਜਾਣੇ ਵੀ ਕੋਈ ਨਹੀਂ ਇਹ ਤਾਂ ਗੱਲ ਹੀ ਚੱਲੀ ਹੈ, 5-4 ਸਾਲ 10 ਸਾਲ 20 ਸਾਲ ਲੰਘ ਜਾਣਗੇ ਕੀ ਫਰਕ ਪੈਂਦਾ, ਆਪਣੀ ਲੰਘ ਜੂ ਗਾਂ ਵਾਲੇ ਆਪੇ ਨਿਬੜਨਗੇ, ਤਾਂ ਇਹ ਖਤਰਾ ਕਦੋਂ ਤੱਕ ਤੁਹਾਨੂੰ ਲੱਗਦਾ ਕਿ ਸਾਡੇ ਸਿਰ ਤੇ ਆ ਕੇ ਪੈਣ ਵਾਲਾ? ਹਾਂ, ਇਹ ਤਾਂ ਬੜਾ ਸੌਖਾ ਹੈ, ਆ ਮੈਂ ਤੁਹਾਡੇ ਚੈਨਲ ਦੇ ਉੱਤੇ ਮਤਲਬ ਦੱਸ ਦੇਣਾ ਸਾਰੇ ਸਰੋਤਿਆਂ ਨੂੰ ਕਿ ਤੁਸੀਂ ਗੂਗਲ ਤੇ ਸਰਚ ਕਰੋ, ਗੂਗਲ ਤੇ ਸਰਚ ਕਰਿਓ ਕਿ ਵਟ ਇਜ਼ ਦਾ ਇੰਪੋਰਟ ਡਿਊਟੀ ਇਨ ਇੰਡੀਆ, ਇਹ ਭਰ ਲਿਓ ਕਿ ਭਾਰਤ ਦੇ ਅੰਦਰ ਕਣਕ ਦੇ ਉੱਤੇ ਇੰਪੋਰਟ ਡਿਊਟੀ ਕੀ ਹੈ। ਉਹਦੇ ਥੱਲੇ ਵਾਲੇ ਪਾਸੇ ਇੱਕ ਨੀਲੀ ਲਾਈਨ ਆ ਜਾਏਗੀ, ਉਹਦੇ ਤੇ ਲਿਖਿਆ ਜਾਏਗਾ ਕਿ ਪਹਿਲਾਂ ਤਾਂ ਉੱਪਰ ਲਿਖਣਗੇ ਕਿ 40% ਇੰਪੋਰਟ ਡਿਊਟੀ ਹੈ ਤੇ ਥੱਲੇ ਲਿਖਿਆ ਜਾਏਗਾ ਕਿ ਰਿਮੂਵ ਕੀਤੀ ਜਾਏਗੀ ਫਰਵਰੀ 2024 ਚ। ਹੁਣ ਇਹ ਫਰਵਰੀ 2024 ਚ ਅਗਲੇ ਇਹਨੂੰ ਰਿਮੂਵ ਕਰਨ ਜਾ ਰਹੇ ਨੇ, ਤਾਂ ਇਹ ਜੇਕਰ ਫਰਵਰੀ 2024 ਚ ਰਿਮੂਵ ਹੋ ਗਈ ਤੇ ਸਾਡੀ ਕਣਕ ਜਿਹੜੀ ਅਗਲੀ ਵਿਕਣੀ ਹੈ ਇਹ ਸਾਰਾ ਉਸੇ ਲਈ
तैयारी है। तो किस तरह संघर्ष तुहाडा होगा और संघर्ष की रूपरेखा कदों तक जिहड़ी हैगी उह लीक ली जाएगी ते कदों तक दिल्ली वालों नूं सुनिया पहुंच गया भी भाई असीं आ रहे हैं तुहाडे दर ते पहलां 13 महीने बैठे रहे सी ते फिर तैयारी है। नहीं इह असीं दिल्ली नूं तां पहलां मंग पत्रां दे राहीं भी भेज चुके हां, साडे गवर्नर साहब दे राहीं भेज चुके हां, पंजाब गवर्नमेंट दे थ्रू भी भेज चुके हां, डिप्टी कमिश्नरां दे थ्रू भी भेज चुके हां। प्रेस कॉन्फ्रेंस दा बकायदा दिल्ली च बह के करके आए हां, इस गल तों सूचना दे चुके हां। और जिहड़ी है कि तुसीं गल कीती है कि किहो जिहा लड़ाई लड़ोंगे किहो जी तैयारी है, फरवरी दे विच असीं दिल्ली जाणा है, उहदी तैयारी चों साडा पूरा जोर है इस गल दे उत्ते कि पूरे भारत दे विच 20 वड्डियां किसान पंचायतां होणगियां जिहदे चों पंजाब दे विच आ जिहड़ा 14 दसंबर आ रिहा है शहीद करतार सिंह सराभा दे पिंड सराभा पिंड दे विच लुधियाणा डिस्ट्रिक्ट उत्ते असीं अपनी ऑर्गेनाइजेशन वल्लों इक वड्डी पंचायत करावांगे जिहदे विच सारे ही देश दे लीडर आके इन्हां गल्लां दी चानणा पाउणगे लोकां नूं जागरूक करनगे। ਤਾਂ ਵੱਡਾ ਖਤਰਾ ਕਹਿੰਦੇ ਨੇ ਕਿ ਪੰਜਾਬ ਦੀ ਕਿਸਾਨੀ ਤੇ ਮੰਡਰਾ ਰਿਹਾ, ਹਾਲਾਂਕਿ ਦੇਸ਼ ਦੇ ਕਿਸਾਨਾਂ ਲਈ ਆ ਪਰ ਪੰਜਾਬ ਦੇ ਲਈ ਖਾਸ ਕਰਕੇ, ਕਿਉਂਕਿ ਕਹਿੰਦੇ ਕਿ ਤੁਹਾਡੀ ਕਣਕ ਹੁਣ ਰੁਲਦੀ ਫਿਰ ਸਕਦੀ ਹੈ, ਤੁਹਾਡੀ ਕਣਕ ਰੁਲ ਸਕਦੀ ਹੈ, ਤੁਹਾਡੀ ਕਣਕ ਦੇ ਗਾਹਕ ਤੁਹਾਨੂੰ ਮਿਲਣੇ ਔਖੇ ਹੋ ਸਕਦੇ ਆ ਕਿਉਂਕਿ ਭਾਰਤ ਦੇ ਵਿੱਚ ਇੰਪੋਰਟ ਡਿਊਟੀ ਖਤਮ ਕਰਨ ਦੀ ਤਿਆਰੀ ਕਰ ਲਈ ਗਈ ਹੈ। ਤਾਂ ਫਿਰ ਕਿਸੇ ਵੀ ਦੇਸ਼ ਤੋਂ ਜੇ ਸਸਤੀ ਕਣਕ ਭਾਰਤ 'ਚ ਮਿਲੇਗੀ ਤਾਂ ਫਿਰ ਤੁਹਾਡੀ ਕਣਕ ਕਿਹਨੇ ਪੁੱਛਣੀ ਹੈ। ਔਰ ਇਸੇ ਨੂੰ ਲੈ ਕੇ ਕਹਿੰਦੇ ਨੇ ਕਿ ਇੱਕ ਵੱਡਾ ਅੰਦੋਲਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ਦੀ ਸਰਕਾਰ ਨੂੰ ਇਸ ਮਸਲੇ ਤੋਂ ਜਾਗਰੂਕ ਤੇ ਸੁਨੇਹਾ ਲੋਕਾਂ ਨੂੰ ਜਾਗਰੂਕ ਕਰਕੇ ਸਰਕਾਰ ਨੂੰ ਸੁਨੇਹਾ ਦੇਣ ਦੇ ਲਈ ਕਿ ਇੰਪੋਰਟ ਡਿਊਟੀ ਖਤਮ ਨਾ ਕੀਤੀ ਜਾਵੇ ਤੇ ਕਿਸਾਨ ਦੀ ਕਣਕ ਹੈ ਜਿਹੜੀ ਉਹਦਾ ਮੁੱਲ ਉਹਨੂੰ ਮਿਲਣਾ ਚਾਹੀਦਾ। ਕੈਮਰਾਮੈਨ ਸੰਦੀਪ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।